ਸਾਰੇ ਵਿਦਿਆਰਥੀਓ ਅੱਜ ਅਸੀਂ ਵਪਾਰਕ ਇਸ਼ਤਿਹਾਰਾਂ ਤੇ ਵਿਚਾਰ ਚਰਚਾ ਕਰਾਂਗੇ ਕਿ ਵਪਾਰਕ ਇਸ਼ਤਿਹਾਰ ਕਿਹਨੂੰ ਕਹਿੰਦੇ ਆ ਕਿੰਨੀਆਂ ਕਿਸਮਾਂ ਦਾ ਹੁੰਦਾ ਔਰ ਕਿਸ ਤਰੀਕੇ ਦੇ ਨਾਲ ਲਿਖਿਆ ਜਾ ਸਕਦਾ ਸੋ ਤੁਸੀਂ ਇੱਕ ਨਮੂਨੇ ਵਜੋਂ ਦੇਖ ਰਹੇ ਹੋ ਕਿ ਇੱਕ ਅਖਬਾਰ ਦੇ ਵਿੱਚ ਵੱਖਰੇ ਵੱਖਰੇ ਇਸ਼ਤਿਹਾਰ ਆਏ ਨੇ ਔਰ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਕਿਤੇ ਪ੍ਰਾਪਰਟੀ ਵਿਕਾਊ ਹੈ ਕੋਠੀ ਵਿਕਾਊ ਹੈ ਕਿਤੇ ਵੈਕੈਂਸੀਆਂ ਦੀ ਗੱਲ ਕੀਤੀ ਹੈ ਇੰਨੀਆਂ ਅਸਾਮੀਆਂ ਦੀ ਲੋੜ ਹੈ ਪਲਾਟ ਵਿਕਾਊ ਹੈ ਜਾਂ ਫੈਕਟਰੀ ਵਿਕਾਊ ਹੈ ਜਾਂ ਇੰਨੇ ਕਾਮਿਆਂ ਦੀ ਸੁਪਰਵਾਈਜ਼ਰਾਂ ਦੀ ਲੋੜ ਹੈ ਸੋ ਇਹ ਇੱਕ ਅਖਬਾਰੀ ਇਸ਼ਤਿਹਾਰ ਹੈ ਜਿਹੜਾ ਕਿ ਵਪਾਰਕ ਲੋੜ ਨਾਲ ਸੰਬੰਧਿਤ ਹੈ ਇਸ ਨੂੰ ਅਸੀਂ ਵਪਾਰਕ ਇਸ਼ਤਿਹਾਰ ਕਹਿੰਦੇ ਹਾਂ ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਦੂਸਰੀ ਐਡ ਅਸੀਂ ਦੇਖਦੇ ਹਾਂ ਦੂਸਰਾ ਇਸ਼ਤਿਹਾਰ ਦੇਖਦੇ ਹਾਂ ਔਰ ਇਸ ਇਸ਼ਤਿਹਾਰ ਦੇ ਵਿੱਚ ਜ਼ਮੀਨ ਵਕਾਊ ਹੋਣ ਦਾ ਹੋਣ ਦੀ ਗੱਲ ਕੀਤੀ ਗਈ ਹੈ। ਜ਼ਮੀਨ ਦੀ ਖਰੀਦ-ਵੇਚ ਨਾਲ ਸੰਬੰਧਿਤ ਇਹ ਇਸ਼ਤਿਹਾਰ ਹੈ। ਸੋ ਇਹ ਜ਼ਮੀਨ ਦੀ ਖਰੀਦ-ਵੇਚ ਨਾਲ ਸੰਬੰਧਿਤ ਵਪਾਰਕ ਇਸ਼ਤਿਹਾਰ ਹੈ। ਇਸੇ ਤਰ੍ਹਾਂ ਇੱਕ ਹੋਰ ਨਮੂਨਾ ਤੁਸੀਂ ਦੇਖੋਗੇ ਕਲਾਕਾਰਾਂ ਦੀ ਲੋੜ ਅਸਾਮੀ ਆ। ਇਹ ਉਹ ਵਪਾਰਕ ਕਿਸਮ ਦਾ ਇਸ਼ਤਿਹਾਰ ਹੈ ਜਿਹਦੇ ਵਿੱਚ ਕੋਈ ਵਪਾਰਕ ਲੋੜ ਹੁੰਦੀ ਹੈ। ਕਹਿਣ ਦਾ ਭਾਵ ਕਿ ਇਹ ਵਪਾਰਕ ਇਸ਼ਤਿਹਾਰ ਵਕਰੀ ਵਕਰੀਆਂ ਕਿਸਮਾਂ ਦੇ ਤਾਂ ਹੁੰਦੇ ਨੇ ਪਰੰਤੂ ਇਸ ਵਿੱਚ ਬੁਨਿਆਦੀ ਗੱਲ ਇਹ ਹੁੰਦੀ ਹੈ ਕਿ ਇਹ ਇਸ਼ਤਿਹਾਰ ਵਪਾਰਕ ਕਾਰੋਬਾਰ ਦੀ ਕਿਸੇ ਲੋੜ ਨਾਲ ਸਬੰਧਤ ਹੁੰਦੇ ਹਨ ਇਸ ਵਿੱਚ ਰੋਜ਼ਗਾਰ ਜਾਂ ਨੌਕਰੀ ਦੀ ਗੱਲ ਹੁੰਦੀ ਹੈ ਇਸ ਵਿੱਚ ਵਿੱਤੀ ਲੈਣ ਦੇਣ ਜਾਂ ਕਿਸੇ ਵਸਤੂ ਦੀ ਖਰੀਦ ਵਿਚ ਨਾਲ ਸਬੰਧਤ ਵੇਰਵਾ ਹੁੰਦਾ ਹੈ ਵਪਾਰਕ ਇਸ਼ਤਿਹਾਰ ਵਪਾਰਕ ਲੋੜ ਅਤੇ ਵਿੱਤੀ ਲੈਣ ਦੇ ਨਾਲ ਸੰਬੰਧਿਤ ਇਸ਼ਤਿਹਾਰ ਹੁੰਦਾ ਹੈ ਇਸ ਦੀ ਆਪਣੀ ਰੂਪਰੇਖਾ ਹੈ ਲਿਖਣ ਦਾ ਆਪਣਾ ਢੰਗ ਹੈ ਆਪਣਾ ਤਰੀਕਾ ਹੈ ਸਭ ਤੋਂ ਪਹਿਲਾਂ ਇਹ ਲਿਖਤੀ ਹੁੰਦਾ ਹੈ ਲਿਖਤੀ ਇਸ਼ਤਿਹਾਰ ਇਹ ਦੇਣਾ ਹੁੰਦਾ ਹੈ ਆਮ ਤੌਰ ਤੇ ਅੱਜ ਕੱਲ ਮੌਖਿਕ ਵੀ ਇਸ਼ਤਿਹਾਰ ਦੇ ਦਿੱਤਾ ਜਾਂਦਾ ਹੈ ਟੀਵੀ ਚੈਨਲ ਦੇ ਵਿੱਚ ਦੇ ਦਿੱਤਾ ਜਾਂਦਾ ਇੱਕ ਮੌਖਿਕ ਸੰਚਾਰ ਦੇ ਰੂਪ ਵਿੱਚ ਸਪੀਕਰਾਂ ਦੇ ਵਿੱਚ ਵੀ ਕਈ ਇਸ਼ਤਿਹਾਰ ਜਿਹੜੇ ਆ ਪ੍ਰਚਾਰਤ ਪ੍ਰਸਾਰਤ ਕੀਤੇ ਜਾਂਦੇ ਹਨ ਲੇਕਿਨ ਬੁਨਿਆਦੀ ਇਹਦੀ ਰੂਪਰੇਖਾ ਲਿਖਤੀ ਹੈ ਸੰਖੇਪ ਤੇ ਸਪਸ਼ਟ ਹੋਣਾ ਚਾਹੀਦਾ ਹੈ ਜਿਹੜੀ ਅਸੀਂ ਲੋਡ ਵਪਾਰਕ ਲੋਡ ਦੀ ਅਸੀਂ ਗੱਲ ਕਰਨੀ ਹੈ ਉਹਦਾ ਇਸ਼ਤਿਹਾਰ ਦੇਣਾ ਹੈ ਉਹਦੇ ਵਿੱਚ ਸ਼ਬਦ ਘੱਟ ਤੋਂ ਘੱਟ ਇਸਤੇਮਾਲ ਕਰਕੇ ਤੇ ਬਿਲਕੁਲ ਸਪਸ਼ਟ ਗੱਲ ਕਰਨੀ ਹੈ ਜਿਹੜੀ ਦੂਸਰੇ ਨੂੰ ਸਪਸ਼ਟ ਸਮਝਾ ਦੇ ਵਪਾਰਕ ਲੋਡ ਹੁੰਦੀ ਹੈ ਕੋਈ ਖਰੀਦ ਵੇਚ ਕਾਰੋਬਾਰੀ ਸੂਚਨਾ ਹੁੰਦੀ ਹੈ ਇਸ ਇਸ਼ਤਿਹਾਰ ਦੇ ਵਿੱਚ ਔਰ ਇਸ ਇਸ਼ਤਿਹਾਰ ਨੂੰ ਵੀ ਜਨਤਕ ਕਰਨਾ ਹੁੰਦਾ ਹੈ ਬਹੁਤੇ ਲੋਕਾਂ ਤੱਕ ਭੇਜਣਾ ਹੁੰਦਾ ਹੈ ਪ੍ਰਚਾਰ ਦੀ ਕੋਈ ਨਾ ਕੋਈ ਵਿਧੀ ਅਪਣਾਈ ਜਾਂਦੀ ਹੈ ਚਾਹੇ ਅਖਬਾਰ 'ਚ ਅਸੀਂ ਦੇ ਸਕਦੇ ਹਾਂ ਪ੍ਰਿੰਟ ਮੀਡੀਆ ਕੋਈ ਮੈਗਜ਼ੀਨ 'ਆ ਉਸ ਦੇ ਸਕਦੇ ਹਾਂ ਕੋਈ ਇਲੈਕਟ੍ਰੋਨਿਕ ਮੀਡੀਆ ਜਿਵੇਂ ਟੀਵੀ ਚੈਨਲ ਰੇਡੀਓ ਸੋਸ਼ਲ ਮੀਡੀਆ ਵਟਸਐਪ ਫੇਸਬੁੱਕ ਵਗੈਰਾ ਤੇ ਅਸੀਂ ਵੀ ਇਸ ਇਸ਼ਤਿਹਾਰ ਨੂੰ ਦੇ ਸਕਦੇ ਹਾਂ ਪ੍ਰਚਾਰਿਤ ਕਰ ਸਕਦੇ ਹਾਂ ਪ੍ਰਸਾਰਿਤ ਕਰ ਸਕਦੇ ਹਾਂ ਤੋ ਵਪਾਰਕ ਇਸ਼ਤਿਹਾਰ ਦੇ ਲਈ ਲਾਜ਼ਮੀ ਤੱਤ ਨੇ ਜ਼ਰੂਰੀ ਤੱਤ ਨੇ ਜਿਹੜੇ ਵਪਾਰਕ ਇਸ਼ਤਿਹਾਰ ਦੇ ਵਿੱਚ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਹੁੰਦੀ ਆ ਕੋਈ ਵਪਾਰਕ ਲੋੜ ਵਿੱਤੀ ਲੋੜ ਕੋਈ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ ਉਹਦੀ ਲੋੜ ਮਹਿਸੂਸ ਹੋਵੇ ਉਸ ਲੋੜ ਦੀ ਪੂਰਤੀ ਦੇ ਲਈ ਇਹ ਇਸ਼ਤਿਹਾਰ ਦਿੱਤਾ ਜਾਂਦਾ ਹੈ ਉਹਦਾ ਵਪਾਰਕ ਵੇਰਵਾ ਹੋਣਾ ਵਪਾਰਕ ਵੇਰਵਾ ਕੀ ਹੈ ਕਿ ਜਿਹੜੀ ਲੋੜ ਹੈ ਉਹਦੀ ਪੂਰੀ ਜਾਣਕਾਰੀ ਦੇ ਕਿਹੜੀ ਜ਼ਮੀਨ ਕਿੰਨੀ ਵਿਕਾਊ ਕਿੱਥੇ ਵਿਕਾਊ ਉਹਦਾ ਪੂਰਾ ਵੇਰਵਾ ਵਪਾਰਕ ਸ਼ਰਤ ਕੀ ਸ਼ਰਤ ਰੱਖਣਾ ਚਾਹੁੰਦੇ ਹੋ ਆਦਾਨ ਪ੍ਰਦਾਨ ਨਗਦ ਹੋਏਗਾ ਚੈੱਕ ਰਾਹੀਂ ਹੋਏਗਾ ਜਾਂ ਉਹ ਜਿਹੜੀ ਜ਼ਮੀਨ ਜਾਇਦਾਦ ਹੈ ਉੱਥੇ ਹੀ ਵੇਚੀ ਜਾਏਗੀ ਜਿੱਥੇ ਹੈਗੀ ਹੈ ਸੋ ਕੋਈ ਵੀ ਸ਼ਰਤ ਹੋ ਸਕਦੀ ਹੈ ਸੰਖੇਪ ਇੱਕ ਵਾਕ ਦੇ ਵਿੱਚ ਉਹ ਅਸੀਂ ਇਹ ਸ਼ਰਤ ਦੇ ਸਕਦੇ ਹਾਂ ਸੰਪਰਕ ਪਤਾ ਸੰਪਰਕ ਪਤਾ ਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼ ਅਸੀਂ ਵੇਚਣੀ ਹੈ ਖਰੀਦਣੀ ਹੈ ਜਾਂ ਵਪਾਰਕ ਰੂਪ ਚ ਜਿਸ ਲੋੜ ਦੀ ਪੂਰਤੀ ਲਈ ਅਸੀਂ ਇਸ਼ਤਿਹਾਰ ਦੇਣਾ ਹੈ ਜਿਸ ਨੇ ਉਹ ਇਸ਼ਤਿਹਾਰ ਜਾਰੀ ਕੀਤਾ ਉਸ ਦਾ ਪੂਰਾ ਪਤਾ ਆਉਣਾ ਹੈ ਤਾਂ ਕਿ ਉਸ ਨਾਲ ਸੰਪਰਕ ਕੀਤਾ ਜਾ ਸਕੇ ਜੇ ਸੰਪਰਕ ਨਹੀਂ ਕੀਤਾ ਜਾ ਸਕਦਾ ਤਾਂ ਵਪਾਰਕ ਇਸ਼ਤਿਹਾਰ ਵੀ ਫਿਰ ਫਿਰ ਵਪਾਰਕ ਇਸ਼ਤਿਹਾਰ ਨਹੀਂ ਲਿੰਦਾ ਵਾਹਕ ਸਾਧਨ ਅਖਬਾਰਾਂ ਟੀਵੀ ਚੈਨਲ ਸੋਸ਼ਲ ਮੀਡੀਆ ਅਸੀਂ ਵਾਕ ਸਾਧਨ ਦੇ ਰੂਪ ਚ ਅਸੀਂ ਵਰਤ ਸਕਦੇ ਹਾਂ ਵਪਾਰਕ ਇਸ਼ਤਿਹਾਰ ਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੈ ਕਲਾਕਾਰਾਂ ਦੀ ਲੋੜ ਹੈ ਕਿ ਫਲਾਣੀ ਫਿਲਮ ਦੇ ਲਈ ਆਹ ਕਲਾਕਾਰ ਚਾਹੀਦੇ ਆ ਉਹਦੇ ਲਈ ਸੰਪਰਕ ਨੰਬਰ ਇੱਥੇ ਮੋਬਾਈਲ ਨੰਬਰ ਦਿੱਤਾ ਹੈ ਸੋ ਅੱਜ ਕੱਲ੍ਹ ਯੋਗ ਕਿਉਂਕਿ ਮੋਬਾਈਲ ਦਾ ਯੋਗ ਆ ਗਿਆ ਹੈ ਤਾਂ ਮੋਬਾਈਲ ਦੇ ਵਿੱਚ ਅਸੀਂ ਮੋਬਾਈਲ ਨੰਬਰ ਰਾਹੀਂ ਸਿੱਧਾ ਸੰਪਰਕ ਕਰਕੇ ਅਸੀਂ ਗੱਲ ਕਰ ਸਕਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਉਦਾਹਰਨਾ ਜਿਹਦੇ ਵਿੱਚ ਜ਼ਮੀਨ ਦੀ ਖਰੀਦ ਵਿੱਚ ਹੈ ਅਤੇ ਦੂਸਰੇ ਦੇ ਵਿੱਚ ਨੌਕਰੀਆਂ ਦੀ ਗੱਲ ਆ ਰੋਜ਼ਗਾਰ ਦੀ ਗੱਲ ਹੈ ਕਿ ਫਲਾਣੀ ਜਗ੍ਹਾ ਤੇ ਐਨੇ ਪੜੇ ਲਿਖੇ ਨੌਜਵਾਨ ਐਸ ਨੌਕਰੀ ਲਈ ਚਾਹੀਦੀ ਹੈ ਐਨੀ ਤਨਖਾਹ ਹੈ ਸੋ ਇਹ ਵੀ ਵਪਾਰਕ ਕਿਸਮ ਦਾ ਇਸ਼ਤਿਹਾਰ ਹੈ ਵਪਾਰਕ ਇਸ਼ਤਿਹਾਰ ਨੂੰ ਅਸੀਂ ਦੋ ਕਿਸਮਾਂ ਚ ਵੰਡਿਆ ਇੱਕ ਕੋਈ ਚੀਜ਼ ਜ਼ਮੀਨ ਪਲਾਟ ਵਕਾਊ ਹੈ ਤੇ ਦੂਸਰਾ ਕਿਸੇ ਅਸਾਮੀ ਦੀ ਲੋੜ ਹੈ ਲੋੜ ਹੈ ਜਾਂ ਵਕਾਊ ਹੈ ਦੋ ਵਰਗਾਂ ਚ ਵੰਡਿਆ ਸੋ ਪਹਿਲੀ ਅਸੀਂ ਗੱਲ ਕਰਦੇ ਹਾਂ ਵਪਾਰਕ ਇਸ਼ਤਿਹਾਰ ਵਿਕਾਊ ਚੀਜ਼ਾਂ ਨਾਲ ਸੰਬੰਧ ਸੋ ਇਸ ਦੀ ਲਿਖਣ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਣਾ ਹੈ ਕਿ ਤੁਸੀਂ ਦੇਖਿਆ ਕਿ ਪੀਲੇ ਅੱਖਰਾਂ ਦੇ ਵਿੱਚ ਜਿਹੜੀ ਗੱਲ ਲਿਖੀ ਹੈ ਉਹ ਉਹ ਹੈ ਜਿਹੜੇ ਵੇਰਵੇ ਅਸੀਂ ਆਪ ਖੁਦ ਭਰਨੇ ਹਨ ਜਿਹੜੀ ਲਾਲ ਲਿਖਾਈ ਹੈ ਲਾਲ ਸ਼ਬਦਾਵਲੀ ਹੈ ਲਾਲ ਅੱਖਰਾਂ 'ਚ ਜੋ ਲਿਖਿਆ ਹੈ ਉਹ ਵਿੱਚ ਵਾਕ ਜਾਂ ਵਾਕੰਸ਼ ਆਉਣਾ ਹੈ ਜਿਵੇਂ ਵਿਕਾਊ ਹੈ ਸੰਬਰਕ ਹੈ ਇਹ ਪੱਕਾ ਇਸ ਲਗਭਗ ਵਪਾਰਕ ਇਸ਼ਤਿਹਾਰ ਚ ਇਹ ਚੀਜ਼ ਆਉਂਦੀ ਹੈ ਜਿਹੜੀ ਵਿਕਾਊ ਚੀਜ਼ ਨਾਲ ਸੰਬੰਧਤ ਹੈ ਤੋਂ ਉਹਦੇ ਵਿੱਚ ਵਿਕਾਊ ਵਸਤ ਦਾ ਮੁਕੰਮਲ ਵੇਰਵਾ ਆਉਣਾ ਕਿਹੜੀ ਚੀਜ਼ ਵਿਕਾਊ ਹੈ ਕਿੱਥੇ ਵਿਕਾਊ ਹੈ ਅੱਗੇ ਕੋਈ ਹੋਰ ਵਿਸ਼ੇਸ਼ ਕੋਈ ਗੱਲ ਕਰਨਾ ਚਾਹੋ ਕੋਈ ਸ਼ਰਤ ਲਾਉਣਾ ਚਾਹੋ ਉਹ ਵਿੱਚ ਇੱਕ ਵਾਕ ਦੇ ਰੂਪ ਚ ਆ ਸਕਦੀ ਹੈ ਸੰਪਰਕ ਦੇ ਵਿੱਚ ਵਸਤੂ ਵੇਚਣ ਵਾਲੇ ਦਾ ਪੂਰਾ ਪਤਾ ਹੁੰਦਾ ਜਾਂ ਉਹਦਾ ਮੋਬਾਈਲ ਨੰਬਰ ਹੁੰਦਾ ਜਾਂ ਈਮੇਲ ਹੁੰਦੀ ਹੈ ਤੇ ਜਾਂ ਪਤੇ ਦੇ ਵਿੱਚ ਮੋਬਾਈਲ ਨੰਬਰ ਤੇ ਈਮੇਲ ਵੀ ਆ ਸਕਦਾ ਹੈ ਸੋ ਉਹ ਨਿਰਭਰ ਕਰਦਾ ਹੈ ਕਿ ਜਿਹੜਾ ਵਪਾਰਕ ਇਸ਼ਤਿਹਾਰ ਵਿਕਾਊ ਚੀਜ਼ ਦਾ ਦੇਣਾ ਚਾਹੁੰਦਾ ਹੈ ਉਹ ਆਪਣੇ ਸੰਪਰਕ ਦੇ ਵਿੱਚ ਕਿਹੜੀ ਚੀਜ਼ ਦੇਣਾ ਚਾਹੁੰਦਾ ਉਸ ਦੀ ਪੂਰੀ ਖੁੱਲ ਆਜ਼ਾਦੀ ਹੁੰਦੀ ਹੈ ਸੋ ਇਸ ਦੀ ਇੱਕ ਉਦਾਹਰਨ ਅਸੀਂ ਦੇਖ ਸਕਦੇ ਹਾਂ ਕਿ ਚੀਜ਼ ਵਿਕਾਊ ਹੈ ਉਸ ਦੇ ਉਸ ਦੀ ਬਣਤਰ ਕੀ ਹੈ ਕਿ ਮੋਗਾ ਵਿਖੇ ਕਾਲੇ ਰੰਗ ਦੀ ਮਰੂਤੀ ਸਵਿਫਟ ਕਾਰ ਮਾਡਲ 2018 ਘੱਟ ਚੱਲੀ ਅਲਾਇ ਵਿਲ ਵੀਆਈਪੀ ਨੰਬਰ ਵਾਲੀ ਇੱਕ ਹੱਥ ਚੱਲੀ ਕਾਰ ਵਿਕਾਊ ਹੈ ਸੰਪਰਕ ਤੇਜਪਾਲ ਸਿੰਘ ਗਲੀ ਨੰਬਰ 8 ਦਸ਼ਮੇਸ਼ ਨਗਰ ਮੋਗਾ ਅੱਗੇ ਮੋਬਾਈਲ ਨੰਬਰ ਦੇ ਵਿੱਚ ਅਸੀਂ 5 ਸਟਾਰ ਦੇ ਕੇ ਪੂਰਾ ਮੋਬਾਈਲ ਨੰਬਰ ਅਸੀਂ ਨਹੀਂ ਦਿੰਦਾ ਨਾਲ ਈਮੇਲ ਆਈਡਿਟੀ ਸੋ ਇਹ ਹੈ ਇੱਕ ਲਿਖਣ ਦਾ ਢੰਗ ਵਪਾਰਕ ਇਸ਼ਤਿਹਾਰ ਵਿਕਾਊ ਹੈ ਦੀ ਇੱਕ ਮਿਸਾਲ ਇਸ ਤਰੀਕੇ ਦੇ ਨਾਲ ਤੁਸੀਂ ਲਿਖ ਸਕਦੇ ਹੋ ਇਸੇ ਤਰ੍ਹਾਂ ਕੁਝ ਨਮੂਨੇ ਮਿਸਾਲਾਂ ਤੁਹਾਡੀ ਕਿਤਾਬ ਦੇ ਵਿੱਚ ਵੀ ਦਿੱਤੀਆਂ ਨੇ ਜਿਵੇਂ ਕਾਰ ਵਿਕਾਊ ਹੈ ਜ਼ਮੀਨ ਵਿਕਾਊ ਹੈ ਮਕਾਨ ਵਿਕਾਊ ਹੈ ਕਤੂਰੇ ਵਿਕਾਊ ਹਨ ਸੋ ਇਸ ਵਿੱਚ ਜ਼ਮੀਨ ਵਿਕਾਊ ਹੈ ਦਾ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਪਿੰਡ ਖਟਕੜ ਕਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਾਹੀ ਯੋਗ 5 ਏਕੜ ਜ਼ਮੀਨ ਸਮੇਤ ਮੋਟਰ ਕਨੈਕਸ਼ਨ ਵਿਕਾਊ ਹੈ। ਸੋ ਸਮੇਤ ਮੋਟਰ ਕਨੈਕਸ਼ਨ ਇੱਕ ਸ਼ਰਤ ਇੱਕ ਵੱਖਰੀ ਵਿਸ਼ੇਸ਼ਤਾ ਨਾਲ ਉਹਨਾਂ ਨੇ ਦਿੱਤੀ ਹੈ। ਖੇਤ ਦੀਆਂ ਵਟਾਂ ਤੇ ਸਫਾਇਦੇ ਲੱਗੇ ਹੋਏ ਹਨ। ਇਹ ਵੀ ਇੱਕ ਵਿਸ਼ੇਸ਼ ਮੀਰਵਾ ਨਾਲ ਉਹਨਾਂ ਨੇ ਦਿੱਤਾ ਸੰਪਰਕ ਕਰੋ ਮੋਬਾਈਲ ਨੰਬਰ। ਸੋ ਇਸ ਤਰੀਕੇ ਦੇ ਨਾਲ ਵੀ ਇਹ ਇਸ਼ਤਿਹਾਰ ਦਿੱਤਾ ਜਾ ਸਕਦਾ ਹੈ। ਵਪਾਰਕ ਇਸ਼ਤਿਹਾਰ ਦੇ ਵਿੱਚ ਅਗਲੀ ਬੰਨਗੀ ਆਉਂਦੀ ਹੈ ਲੋੜ ਹੈ ਕਿ ਕਿਸੇ ਅਸਾਮੀ ਨੂੰ ਭਰਨ ਦੇ ਲਈ ਕਾਮਯਾਬੀ ਮਾਹਰਾਂ ਦੀ ਲੋੜ ਹੈ ਉਸ ਸੰਬੰਧੀ ਕਿਸੇ ਵੀ ਕਿਸਮ ਦੀ ਵਪਾਰਕ ਲੋੜ ਦੇ ਲਈ ਇਹ ਇਸ਼ਤਿਹਾਰ ਦਿੱਤਾ ਜਾ ਸਕਦਾ ਹੈ ਸੋ ਇਸ ਦੇ ਲਿਖਣ ਦਾ ਢੰਗ ਕੀ ਹੈ ਜਿਸ ਦੀ ਲੋੜ ਹੈ ਉਹ ਪਹਿਲਾਂ ਲਿਖਣਾ ਹੈ ਕਿਸ ਨੂੰ ਕਿਸ ਦੀ ਕਿੱਥੇ ਲੋੜ ਹੈ ਉਹ ਵੇਰਵਾ ਲਿਖਣਾ ਫਿਰ ਉਸ ਦਾ ਮੁਕੰਮਲ ਵੇਰਵਾ ਹੋਣਾ ਹੈ ਤੇ ਅੱਗੇ ਨਾਲ ਇੱਕ ਵਾਕ ਬਣ ਜਾਂਦਾ ਹੈ ਕਿ ਇਹ ਚੀਜ਼ ਦੀ ਸਾਨੂੰ ਲੋੜ ਹੈ ਕੋਈ ਹੋਰ ਵਿਸ਼ੇਸ਼ ਵੇਰਵਾ ਵੀ ਇੱਕ ਵਾਕ ਦੇ ਵਿੱਚ ਅਸੀਂ ਦੇ ਸਕਦੇ ਹਾਂ ਤੇ ਅਗਲਾ ਵਾਕ ਹੁੰਦਾ ਚਾਹਵਾਨ ਸੰਪਰਕਨ ਜਾਂ ਸੰਪਰਕ ਜਾਂ ਸੰਪਰਕਨ ਇਹ ਲਿਖਿਆ ਜਾ ਸਕਦਾ ਹੈ ਉਹਦੇ ਵਿੱਚ ਜਾਰੀਕਰਤਾ ਦਾ ਪੂਰਾ ਪਤਾ ਜਾਂ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਆ ਸਕਦੀ ਹੈ ਸੋ ਇਸ ਦੀ ਵੀ ਇੱਕ ਉਦਾਹਰਨ ਅਸੀਂ ਤੁਹਾਨੂੰ ਨੇ ਦੇਖੋ ਅੱਜ ਅਸੀਂ ਗੱਲਾਂਗੇ ਵੀ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਇਹ ਇਸ਼ਤਿਹਾਰ ਲਿਖ ਸਕਦੇ ਹਾਂ ਮੰਨ ਲਓ ਕਿ ਪੰਜਾਬ ਐਗਰੋ ਕੰਪਨੀ ਮੋਗਾ ਵਿੱਚ ਇਹ ਇਸ ਕੰਪਨੀ ਨੇ ਇਸ਼ਤਿਹਾਰ ਦਿੱਤਾ ਹੈ ਕਿ ਇਸ ਕੰਪਨੀ ਦੇ ਵਿੱਚ ਲੋੜ ਹੈਗੀ ਹੈ ਬੀ ਟੈਕ ਯੋਗਤਾ ਵਾਲੇ ਇੰਜੀਨੀਅਰਾਂ ਦੀ ਤਨਖਾਹ ਕਿਵੇਂ ਦਿੱਤੀ ਜਾਏਗੀ ਉਹਦਾ ਵੀ ਰਵਾ ਇੱਥੇ ਦਿੱਤਾ ਹੈ ਤਾਂ ਇਹ ਇਸ਼ਤਿਹਾਰ ਹੋਏਗਾ ਪੰਜਾਬ ਐਗਰੋ ਕੰਪਨੀ ਮੋਗਾ ਵਿੱਚ ਬੀਟੈਕ ਯੋਗਤਾ ਵਾਲੇ ਇੰਜੀਨੀਅਰਾਂ ਦੀ ਲੋੜ ਹੈ ਤਨਖਾਹ ਯੋਗਤਾ ਅਤੇ ਤਜਰਬੇ ਅਨੁਸਾਰ ਚਾਹਵਾਨ ਸੰਪਰਕ ਕਰਨ ਪੰਜਾਬ ਐਗਰੋ ਕੰਪਨੀ ਤੋਮਾ ਅਮਰਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਸੋ ਅਗੇ ਜਿਨਾਂ ਨਾਲ ਸੰਪਰਕ ਕਰਨਾ ਉਹਨਾਂ ਦਾ ਪੂਰਾ ਪਤਾ ਹੈ ਇੱਥੇ ਮੋਬਾਈਲ ਨੰਬਰ ਨਹੀਂ ਲਿਖਿਆ ਤੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਦੇਣਾ ਹੈ ਸ਼ਰਤ ਕੀ ਲਿਖੀ ਹੈ ਸਿਵਲ ਮਕੈਨਿਕਲ ਅਤੇ ਕੰਪਿਊਟਰ ਸਾਈਜ਼ ਇਹਦੇ ਵਿੱਚ ਇਹ ਇੰਜੀਨੀਅਰ ਉਹਨਾਂ ਨੂੰ ਚਾਹੀਦੇ ਨੇ ਸੋ ਇਹ ਵਪਾਰਕ ਕਿਸਮ ਦਾ ਇਸ਼ਤਿਹਾਰ ਇਸ ਬਣਗੀ ਦੇ ਵਿੱਚ ਇਸ ਤਰੀਕੇ ਦੇ ਨਾਲ ਅਸੀਂ ਲਿਖ ਸਕਦੇ ਹਾਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਹੋਰ ਕਈ ਕਿਸਮ ਦੇ ਸਾਡੇ ਕੋਲ ਵਪਾਰਕ ਇਸ਼ਤਿਹਾਰ ਨੇ ਪਰੰਤੂ ਜਿਹੜੇ ਸਾਡੇ ਖਾਸ ਕਰਕੇ 11ਵੀਂ ਜਮਾਤ ਦੇ ਵਿਸ਼ੇ ਨਾਲ ਸੰਬੰਧਿਤ ਹਨ ਉਹਦੇ ਵਿੱਚ ਵਪਾਰਕ ਕਿਸਮ ਚ ਲੋੜ ਹੈ ਵਿਕਾਊ ਹੈ ਇਹਨਾਂ ਨਾਲ ਹੀ ਆਉਣੇ ਨੇ ਤੋਂ ਇਹ ਇੱਕ ਢੰਗ ਤਰੀਕਾ ਹੈ ਵਿਧੀ ਹੈ ਜਿਹੜੀ ਅਸੀਂ ਅਪਣਾ ਸਕਦੇ ਹਾਂ ਤੇ ਲਿਖ ਸਕਦੇ ਹਾਂ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗੇ ਕੁਝ ਅਭਿਆਸ ਵਜੋਂ ਪ੍ਰਸ਼ਨ ਤੁਸੀਂ ਉਹਨਾਂ ਪ੍ਰਸ਼ਨਾਂ ਦੇ ਆਧਾਰ ਤੇ ਆਪਣੀ ਸਮਝ ਨੂੰ ਨਿਰਖ ਪਰਖ ਸਕਦੇ ਹੋ ਵਪਾਰਕ ਇਸ਼ਤਿਹਾਰ ਕਿਉਂ ਦਿੱਤਾ ਜਾਂਦਾ ਹੈ ਕੀ ਲੋੜ ਹੁੰਦੀ ਹੈ ਵਪਾਰਕ ਇਸ਼ਤਿਹਾਰ ਦੇਣ ਦੀ ਅਗਲਾ ਪ੍ਰਸ਼ਨ ਹੈ ਕਿ ਕਿਸੇ ਵਸਤੂ ਦੇ ਵਿਕਾਊ ਹੋਣ ਲਈ ਇਸ਼ਤਿਹਾਰ ਲਿਖੋ ਕੋਈ ਇੱਕ ਵਸਤੂ ਲੈ ਲਓ ਸਾਈਕਲ ਲੈ ਲਓ ਪਲਾੜ ਲੈ ਲਓ ਕੋਟੀ ਲੈ ਲਓ ਕਾਰ ਲੈ ਲਓ ਕੋਈ ਹੋਰ ਚੀਜ਼ ਵੀ ਤੁਸੀਂ ਲੈ ਸਕਦੇ ਹੋ ਅਭਿਆਸ ਵਜੋਂ ਉਹਦੇ ਤੁਸੀਂ ਇਸ਼ਤਿਹਾਰ ਆਪ ਲਿਖ ਸਕਦੇ ਹੋ ਤੀਸਰਾ ਹੈ ਕਿ ਮੰਨ ਲਓ ਕਿ ਤੁਸੀਂ ਕਿਸੇ ਫਰਮ ਦੇ ਮਾਲਕ ਹੋ ਉਸ ਫਰਮ ਦੀਆਂ 10 ਅਸਾਮੀਆਂ ਭਰ ਲਈ ਇਸ਼ਤਿਹਾਰ ਲਿਖੋ ਤੁਸੀਂ ਫਰਮ ਦੇ ਮਾਲਕ ਬਣੋ ਫਰਮ ਵੱਲੋਂ ਕਿੰਨੀਆਂ ਅਸਾਮੀਆਂ ਦੀ ਲੋੜ ਹੈਗੀ ਹੈ 10 ਅਸਾਮੀਆਂ ਭਰਨ ਦੇ ਲਈ ਆ ਯੋਗਤਾ ਚਾਹੀਦੀ ਹੈ ਉਹਦਾ ਇਸ਼ਤਿਹਾਰ ਤੁਸੀਂ ਆਪਣੇ ਆਪ ਲਿਖਣਾ ਮੈਨੂੰ ਆਸ ਹੈ ਕਿ ਤੁਸੀਂ ਵਪਾਰਕ ਕਿਸਮ ਦੇ ਇਹ ਇਸ਼ਤਿਹਾਰ ਜਿਹੜੇ ਕਿਸੇ ਚੀਜ਼ ਦੇ ਵਿਕਾਊ ਹੋਣ ਨਾਲ ਜਾਂ ਕਿਸੇ ਲੋੜ ਨਾਲ ਸਬੰਧਤ ਹਨ ਉਹ ਜ਼ਰੂਰ ਤੁਸੀਂ ਲਿਖ ਸਕੋਗੇ ਵਧੀਆ ਤਰੀਕੇ ਦੇ ਨਾਲ ਤੁਸੀਂ ਮੌਲਿਕ ਟੰਗ ਦੇ ਨਾਲ ਆਪ ਲਿਖਣ ਦੇ ਸਮਰੱਥ ਹੋਵੋਗੇ ਇਸੇ ਆਸ ਦੇ ਨਾਲ ਤੁਹਾਡਾ ਸਭ ਦਾ ਧੰਨਵਾਦ